ਕਾਂਗਰਸ ਦੀ ਆਪਸੇ ਖਿੱਚੋ ਤਾਣ ਕਿਸੇ ਤੋਂ ਵੀ ਲੁਕੀ ਨਹੀਂ ਹੋਈ ਇਸੇ ਦੇ ਦਰਮਿਆਨ ਕੁਝ ਦਿਨਾ ਤੋਂ ਹੀ ਇੱਕ ਚਿੱਠੀ ਘੁੰਮ ਰਹੀ ਹੈ ਜੋ 23 ਅਪ੍ਰੈਲ ਦੀ ਲਿਖੀ ਹੋਈ ਹੈ ਅਤੇ ਹਾਈ ਕਮਾਂਡ ਤੱਕ ਪਹੁੰਚ ਗਈ ਹੈ ਚਿੱਠੀ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਹੈ ਨਵਜੋਤ ਸਿੰਘ ਸਿੱਧੂ ਦੇ ਰਵੱਈਏ ਨੂੰ ਲੈ ਕੇ ਹੈ ਇਹ ਚਿੱਠੀ ਹਾਈ ਕਮਾਂਡ ਨੂੰ ਲਿਖਣ ਪਿੱਛੇ ਸਭ ਤੋਂ ਵੱਡਾ ਹੱਥ ਹਰੀਸ਼ ਚੌਧਰੀ ਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਚਿੱਠੀ ਰਾਜਾ ਵੜਿੰਗ ਦੀ ਸਫਾਰਸ਼ ਉੱਪਰ ਲਿਖੀ ਗਈ ਹੈ ਤੇ ਇਸ ਵਿੱਚ ਜ਼ਿਕਰ ਹੈ ਨਵਜੋਤ ਸਿੰਘ ਸਿੱਧੂ ਦੇ ਰਵੱਈਏ ਦਾ ਨਵਜੋਤ ਸਿੰਘ ਸਿੱਧੂ ਦਾ ਰਵਈਆ ਅਕਸਰ ਥੋੜਾ ਅਜੀਬ ਹੁੰਦਾ ਹੈ ਪਾਰਟੀ ਤੋਂ ਵੱਖ ਹੋ ਕੇ ਸਰਗਰਮੀਆਂ ਕਰਨ ਦੀ ਉਹਨਾਂ ਦੀ ਆਦਤ ਬਣੀ ਹੋਈ ਹੈ ਜਦੋਂ ਤੋਂ ਚੋਣਾਂ ਖਤਮ ਹੋਈਆਂ ਨੇ ਅਤੇ ਨਤੀਜੇ ਸਾਹਮਣੇ ਆਏ ਨੇ ਉਦੋਂ ਤੋਂ ਵੱਖਰੇ ਹੋ ਕੇ ਚੱਲਦੇ ਨੇ ਇਸੇ ਦੇ ਚੱਲਦਿਆਂ ਹੁਣ ਹਾਈ ਕਮਾਂਡ ਨੇ ਕਾਰਵਾਈ ਕਰਨ ਲਈ ਉਸ ਚਿੱਠੀ ਨੂੰ ਅੱਗੇ ਅਨੁਸ਼ਾਸਨੀ ਕਮੇਟੀ ਨੂੰ ਵੀ ਦੇ ਦਿੱਤਾ ਹੈ ਅਤੇ ਇਸ ਤੋਂ ਬਾਅਦ ਕੱਲ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਸ ਪ੍ਰੈਸ ਕਾਨਫਰੰਸ ਦੇ ਹੋਣ ਤੋਂ ਪਹਿਲਾਂ ਤੱਕ ਕਿਆਸਰਾਈਆਂ ਇਹ ਸਨ ਕਿ ਸ਼ਾਇਦ ਇਹ ਪ੍ਰੈਸ ਕਾਨਫਰੰਸ ਉਹਨਾਂ ਦੇ ਉੱਪਰ ਹੋਣ ਵਾਲੀ ਕਾਰਵਾਈ ਨੂੰ ਲੈ ਕੇ ਹੀ ਹੋਵੇਗੀ ਪਰ ਅਜੇਹਾ ਬਿਲਕੁਲ ਵੀ ਨਹੀਂ ਹੋਇਆ ਉਹਨਾਂ ਨੇ ਆਪਣੀ ਸਾਰੀ ਪ੍ਰੈਸ ਕਾਨਫਰੰਸ ਪ੍ਰੈਸ ਵਾਰਤਾ ਨੂੰ ਇੱਕ ਹੀ ਮੁੱਦੇ ਉੱਪਰ ਕੇਂਦਰਿਤ ਰੱਖਿਆ ਜੋ ਸੀ ਰੇਤ ਮਾਫੀਆ ਦਾ ਮੁੱਦਾ ਅਤੇ ਉਹਨਾਂ ਨੇ ਸਿਰਫ ਕੇਜਰੀਵਾਲ ਨੂੰ ਚੁਣੌਤੀਆਂ ਦਿੱਤੀਆਂ ਉਹਨਾਂ ਨੇ ਇਸ ਮੁੱਦੇ ਉੱਤੇ ਕੇਜਰੀਵਾਲ ਨੂੰ ਘੇਰਿਆ ਕਿ ਰੇਤ mafia ਬੰਦ ਕਰਨ ਦੀਆਂ ਗੱਲਾਂ ਜੋ ਚੋਣਾਂ ਤੋਂ ਪਹਿਲਾਂ ਪ੍ਰਚਾਰ ਦੇ ਦੌਰਾਨ ਆਖੀਆਂ ਜਾਂਦੀਆਂ ਸਨ ਉਹਨਾਂ ਉੱਪਰ ਆਮ ਆਦਮੀ ਪਾਰਟੀ ਖੜੀ ਉੱਤਰਦੀ ਨਜ਼ਰ ਨਹੀਂ ਆ ਰਹੀ ਪਰ ਅੰਤ ਵਿੱਚ ਜਦੋਂ ਉਹਨਾਂ ਨੂੰ ਇਸ ਚਿੱਠੀ ਦੇ ਬਾਰੇ ਵਿੱਚ ਸਵਾਲ ਕੀਤਾ ਗਿਆ ਉਹਨਾਂ ਨੂੰ ਪੁੱਛਿਆ ਗਿਆ ਕਿ ਰਾਜਾ ਵੜਿੰਗ ਦੀ ਸਿਫਾਰਿਸ਼ ਦੇ ਉੱਤੇ ਹਰੀਸ਼ ਚੌਧਰੀ ਪੰਜਾਬ ਮਾਮਲਿਆਂ ਦੇ ਇੰਚਾਰਜ ਨੇ ਜੋ ਇੱਕ ਚਿੱਠੀ ਹਾਈ ਕਮਾਂਡ ਨੂੰ ਲਿਖਦੇ ਨੇ ਇਸ ਬਾਰੇ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਸਾਰੇ ਮੀਡੀਆ ਕਰਮੀਆਂ ਨੂੰ ਚੁੱਪ ਕਰਾਉਂਦੇ ਹੋਏ ਕਿਹਾ ਕਿ ਅੱਜ ਦੇ ਲਈ ਇਤਨਾ ਹੀ ਉਹ ਚੁੱਪਚਪੀਤੇ ਇਸ ਸਵਾਲ ਤੋਂ ਬਚ ਕੇ ਨਿਕਲ ਗਏ ਪਰ ਅੱਜ ਸਵੇਰ ਹੁੰਦਿਆਂ ਹੀ ਉਹਨਾਂ ਵੱਲੋਂ ਇਸੇ ਮਸਲੇ ਨਾਲ ਜੁੜਿਆ ਹੋਇਆ ਇੱਕ ਟਵੀਟ ਆਉਂਦਾ ਹੈ ਇਸ ਮਸਲੇ ਨਾਲ ਹੀ ਉਸ ਟਵੀਟ ਨੂੰ ਜੋੜ ਕੇ ਵੇਖਿਆ ਜਾ ਰਿਹਾ ਹੈ ਤੁਹਾਨੂੰ ਟਵੀਟ ਪੜ੍ਹ ਕੇ ਸੁਣਾ ਦਿੰਨੇ ਆ ਲਿਖਦੇ ਨੇ ਆਪਣੇ ਖਿਲਾਫ ਬਾਤیں ਮੈਂ ਅਕਸਰ ਖਮੋਸ਼ੀ से ਸੁਣਤਾ ਹੂੰ ਜਵਾਬ ਦੇਣੇ ਦਾ ਹੱਕ ਮੈਂਨੇ ਵਕਤ ਕੋ ਦੇ ਰੱਖਾ ਹੈ ਜੀ ਹਾਂ ਇਹ ਨਵਜੋਤ ਸਿੰਘ ਸਿੱਧੂ ਦਾ ਟਵੀਟ ਹੈ ਉਹਨਾਂ ਨੇ ਇਹ ਟਵੀਟ ਲਿਖੀ ਹੈ ਜਿਸ ਵਿੱਚ ਸਾਫ਼-ਸਾਫ਼ ਸੰਕੇਤ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਮੈਂ ਸਭ ਕੁਝ ਸੁਣ ਰਿਹਾ ਹਾਂ ਮੈਂ ਸਭ ਕੁਝ ਦੇਖ ਰਿਹਾ ਹਾਂ ਮੇਰੀਆਂ ਅੱਖਾਂ ਦੇ ਸਾਹਮਣੇ ਹੈ ਪਰ ਮੈਂ ਜਵਾਬ ਨਹੀਂ ਦੇ ਰਿਹਾ ਉਹਨਾਂ ਦਾ ਇਸ ਟਵੀਟ ਵਿੱਚ ਸਾਫ਼-ਸਾਫ਼ ਕਹਿਣਾ ਹੈ ਕਿ ਉਹਨਾਂ ਨੂੰ ਸਭ ਕੁਝ ਪਤਾ ਹੈ ਉਹ ਸਭ ਕੁਝ ਵੇਖ ਰਹੇ ਨੇ ਪਰ ਉਹਨਾਂ ਨੇ ਜਵਾਬ ਦੇਣ ਦਾ ਜਿੰਮਾ ਸਮੇ ਨੂੰ ਦੇ ਰੱਖਿਆ ਹੈ ਉਹ ਆਪ ਕੋਈ ਜਵਾਬ ਨਹੀਂ ਦਿੰਦੇ ਇਸੇ ਦੇ ਚੱਲਦਿਆਂ ਕਾਰਵਾਈ ਤਾਂ ਉਹਨਾਂ ਉੱਪਰ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਾਈ ਕਮਾਂਡ ਵੱਲੋਂ ਪਰ ਨਵਜੋਤ ਸਿੰਘ ਸਿੱਧੂ ਦੇ ਕਦ ਨੂੰ ਦੇਖਦੇ ਹੋਏ ਇਹ ਕਾਰਵਾਈ ਪੰਜਾਬ ਕਾਂਗਰਸ ਵੱਲੋਂ ਕਰਨੀ ਠੀਕ ਨਹੀਂ ਸਮਝੀ ਗਈ ਇਸੇ ਲਈ ਇਸ ਨੂੰ ਹਾਈ ਕਮਾਂਡ ਦੇ ਹੱਥ ਵਿੱਚ ਇਹ ਚਿੱਠੀ ਦਿੱਤੀ ਗਈ ਤਾਂ ਕਿ ਨਵਜੋਤ ਸਿੰਘ ਸਿੱਧੂ ਉੱਪਰ ਕੋਈ ਕਾਰਵਾਈ ਕੀਤੀ ਜਾ ਸਕੇ ਹੁਣ ਨਵਜੋਤ ਸਿੰਘ ਸਿੱਧੂ ਨੇ ਇਹ ਟਵੀਟ ਕੀਤੀ ਹੈ ਜਿਸ ਤੋਂ ਬਾਅਦ ਵੇਖਣ ਵਾਲੀ ਗੱਲ ਹੋਵੇਗੀ ਕਿ ਕਾਂਗਰਸ ਦੇ ਵੱਡੇ ਹਾਈ ਕਮਾਂਡ ਦੇ ਨੇਤਾ ਅਤੇ ਪੰਜਾਬ ਕਾਂਗਰਸ ਦੇ ਉਹ ਨੇਤਾ ਨੇ ਉਹਨਾਂ ਦੇ ਕਿਹੋ ਜਿਹੇ ਬਿਆਨ ਸਾਹਮਣੇ ਆਉਂਦੇ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਇਕੱਲੇ ਨਹੀਂ ਨੇ ਉਹਨਾਂ ਦੇ ਨਾਲ 13 ਤੋਂ ਲੈ ਕੇ 15 ਵਿਧਾਇਕ ਹੋਰ ਨੇ ਜੋ ਕਿ ਕਾਂਗਰਸ ਦੇ ਹੀ ਨੇ ਅਤੇ ਆਪਣੇ ਆਪਣੇ ਖੇਤਰ ਵਿੱਚ ਚੰਗਾ ਰਸੂਖ ਰੱਖਦੇ ਨੇ ਜੇਕਰ ਹਾਈ ਕਮਾਂਡ ਕੋਈ ਵੱਡੀ ਕਾਰਵਾਈ ਕਰਦੀ ਹੈ ਨਵਜੋਤ ਸਿੰਘ ਸਿੱਧੂ ਦੇ ਉੱਪਰ ਤਾਂ ਕਿਆ ਸੜਾਈਆਂ ਇਹ ਵੀ ਨਹੀਂ ਕਿ ਹੋਰ ਵਿਧਾਇਕ ਵੀ ਉਹਨਾਂ ਦੇ ਨਾਲ ਪਾਰਟੀ ਤੋਂ ਬਾਗੀ ਹੋ ਕੇ ਬਾਹਰ ਜਾ ਸਕਦੇ ਨੇ ਇਸੇ ਦੇ ਨਾਲ ਜਦੋਂ ਹਾਈ ਕਮਾਂਡ ਵੱਲੋਂ ਪ੍ਰਸ਼ਾਂਤ ਕਿਸ਼ੋਰ ਨੂੰ ਆਪਣੇ ਪਾਰਟੀ ਦੇ ਵਿੱਚ ਸ਼ਾਮਲ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪਰ ਪ੍ਰਸ਼ਾਂਤ ਕਿਸ਼ੋਰ ਇਸ ਮਾਮਲੇ 'ਚ ਆਪਣਾ ਪੈਰ ਪਿੱਛੇ ਖਿੱਚ ਲੈਂਦੇ ਨੇ ਤਾਂ ਉਸੇ ਹੀ ਸ਼ਾਮ ਨੂੰ ਨਵਜੋਤ ਸਿੰਘ ਸਿੱਧੂ ਇੱਕ ਟਵੀਟ ਕਰਦੇ ਨੇ ਜਿਸ ਵਿੱਚ ਪ੍ਰਸ਼ਾਂਤ ਕਿਸ਼ੋਰ ਨਾਲ ਫੋਟੋ ਪਾਉਂਦੇ ਨੇ ਅਤੇ ਉੱਪਰ ਚੰਗੀ ਦੋਸਤੀ ਬਾਰੇ ਕੁਝ ਲਿਖਦੇ ਨੇ ਇਸ ਤੋਂ ਬਾਅਦ ਤਰਥੱਲੀ ਮਚ ਜਾਂਦੀ ਹੈ ਕਿ ਸ਼ਾਇਦ ਜਦੋਂ ਪ੍ਰਸ਼ਾਂਤ ਕਿਸ਼ੋਰ ਕੋਈ ਨਵੀਂ ਪਾਰਟੀ ਬਣਾਉਣ ਜੋ ਕਿ ਉਹਨਾਂ ਵੱਲੋਂ ਬੀਤੇ ਦਿਨੀ ਸੰਕੇਤ ਦਿੱਤਾ ਗਿਆ ਸੀ ਤਾ ਸ਼ਾਇਦ ਨਵਜੋਤ ਸਿੰਘ ਸਿੱਧੂ ਪਾਸਾ ਪਲਟ ਸਕਦੇ ਨੇ ਕੋਈ ਵੱਡੀ ਕਾਰਵਾਈ ਕਰ ਸਕਦੇ ਨੇ ਪਰ ਇਹ ਸਾਰੀਆਂ ਗੱਲਾਂ ਸਮੇਂ ਦੇ ਗਰਭ ਵਿੱਚ ਛਪੀਆਂ ਹੋਈਆਂ ਨੇ ਵੇਖਣ ਵਾਲੀ ਗੱਲ ਹੋਵੇਗੀ ਨਵਜੋਤ ਸਿੰਘ ਸਿੱਧੂ ਕੀ ਪ੍ਰਤੀਕਰਮ ਕਰਦੇ ਨੇ ਕਿਹੋ ਜਿਹੀ ਪ੍ਰਕਿਰਿਆ ਅੱਗੇ ਚੱਲਦੀ ਹੈ ਕੀ ਸਾਰਾ ਹਾਈ ਕਮਾਂਡ ਤੋਂ ਫੈਸਲਾ ਆਉਂਦਾ ਹੈ ਪਲ-ਪਲ ਦੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਵੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ